ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਅਬ ਤੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸੋ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਮੋਗਾ ਦੇ ਕੱਚਾ ਦੁਸਾਂਝ ਰੋਡ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਖੇਤਾਂ ਦੇ ਵਿੱਚ ਛਾੜ ਸੜਕਣ ਹੋਣ ਦੇ ਨਾਲ 10 ਕਿੱਲੇ ਦੇ ਕਰੀਬ ਪੱਕੀ ਫਸਲ ਸਮੇਤ ਇੱਕ ਕੰਬਾਈਨ ਸੜ ਕੇ ਸਵਾਹ ਹੋ ਗਈ। ਸੋ ਜਾਣਕਾਰੀ ਦਿੰਦਿਆਂ ਹੋਇਆ ਖੇਤ ਮਾਲਕ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਦੀ ਬਿਜਲੀ ਦੀਆਂ ਤਾਰਾਂ ਨਿਕਲ ਰਹੀਆਂ ਹਨ, ਜੋ ਕਿ ਬਹੁਤ ਹੀ ਨੀਵੀਆਂ ਹਨ, ਅਤੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣੂ ਕਰਵਾਇਆ ਗਿਆ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ। ਸੋ ਬੀਤੀ ਕੱਲ ਵੀ ਇਸ ਤਰ੍ਹਾਂ ਹੀ ਹੋਇਆ ਕਿ ਖੇਤਾਂ ਦੇ ਵਿੱਚ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਛਾੜ ਸੜਕਣ ਹੁੰਦਾ ਹੈ, ਅਤੇ ਇਸ ਛਾੜ ਸੜਕਣ ਦੇ ਨਾਲ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਅਤੇ ਇਸ ਅੱਗ ਦੇ ਵਿੱਚ 10 ਕਿੱਲੇ ਦੇ ਕਰੀਬ ਫਸਲ ਸਮੇਤ ਇੱਕ ਕੰਬਾਈਨ ਸੜ ਕੇ ਸਵਾਹ ਹੋ ਜਾਂਦੀ ਹੈ। ਸੋ ਖੇਤ ਮਾਲਕ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਹੈ ਪੂਰਾ ਮਾਮਲਾ। ਮੋਗਾ ਤੋਂ ਰਾਜੂ ਪਾਸੀ ਦੀ ਰਿਪੋਰਟ, ਪੰਜਾਬ ਅਬ ਤੱਕ। ਪਿਛਲੇ ਸਾਲ ਵੀ ਲੱਗੇ ਸੀ ਆ ਕੇ ਇੱਥੇ, ਇਸੇ ਕਿੱਲਿਆਂ 'ਚ ਲੱਗੀ ਸੀ। ਤਾਰਾਂ ਬਹੁਤ ਨੀਵੀਆਂ ਕਰਕੇ ਹਰ ਇੱਕ ਪਾਸੇ ਤਾਰ ਜਾਂਦੀ ਹੈ, ਕੋਈ ਮਹਿਕਮਾ ਇੱਥੇ ਕੋਈ ਆ ਨਹੀਂ ਰਿਹਾ, ਡੰਡੇ ਆਪ ਬੰਨੇ ਸਾਰੇ ਅਸੀਂ ਤਾਰਾਂ ਨੂੰ, ਕੋਈ ਵੀ ਇੱਥੇ ਸੁਣਵਾਈ ਨਹੀਂ ਗੀ, ਨਾ ਸਾਰੀ ਲੈਣ ਅਜੇ ਵੀ ਚੱਲੀ ਜਾਂਦੀ ਹੈ ਵਿੱਚ। ਕਿੰਨੇ ਏਕੜ ਨੂੰ ਅੱਗ ਲੱਗੀ ਜੀ? 10 ਕਿੱਲੇ ਏਕੜ ਦਾ ਮੱਚ ਗਈ। ਕੀ ਮੰਗ ਕਰਦੇ? ਮੱਚ ਗਈ ਹੈ। ਕੀ ਮੰਗ ਕਰਦੇ ਹੋ ਜੀ? ਮੰਗ ਮੁਆਵਜ਼ੇ ਦੀ ਕਰਦੇ ਹਾਂ ਜੀ, ਮੁਆਵਜ਼ਾ ਦਿੱਤਾ ਜਾਵੇ। ਨਾਮ ਜੀ ਆਪਣਾ? ਸਰ ਕੀ ਘਟਨਾ ਹੋਈ? ਕੀ ਅਸੀਂ ਨਾਲ ਦੇ ਏਰੀਏ 'ਚ ਪੈਟਰੋਲਿੰਗ ਕਰ ਰਹੇ ਸੀਗੇ, ਅਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਅੱਗ ਲੱਗ ਚੁੱਕੀ ਹੈ। ਮਸ਼ੀਨ 'ਤੇ ਇੱਕ ਲਹਿਰ ਚੱਲ ਰਹੀ ਸੀਗੀ ਬਿਜਲੀ ਵਾਲੀ, ਉਹਦੀ ਨਾਲ ਤਾਰ ਸੰਪਰਕ ਹੋਈ, ਜਿਹਦੇ ਕਰਕੇ ਇਹ ਅੱਗ ਵੱਧ। ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਮੌਕੇ 'ਤੇ ਉਹਨਾਂ ਨੂੰ ਬੁਲਾਇਆ, ਅੱਗ 'ਤੇ ਕਾਬੂ ਪਾ ਲਿਆ ਜੀ। 4-5 ਕਿੱਲੇ ਦੇ ਕਰੀਬ ਗੱਲ ਖੜ੍ਹੀ। ਸਰ ਕਿੰਨੇ ਕਿੱਲੇ ਨੂੰ ਅੱਗ ਲੱਗੀ ਜੀ? ਇਹ ਤਕਰੀਬਨ ਹੈਗਾ 10 ਕਿੱਲੇ ਦੇ ਨੇੜੇ ਹੋਊਗਾ ਜੀ। ਠੀਕ ਹੈ ਜੀ।